ਪੁਲਿਸਾਂ ਸਾਡੇ ਪੰਜਾਬ ਦੀਆਂ ਸਾਡੀ ਪੰਜਾਬ ਪੁਲਿਸ ਤਾਂ ਸਮਾਰਟ ਹੈ ਹੀ ਨਾਲੋ ਨਾਲ ਸਾਡੀ ਕਾਰਪੋਰੇਸ਼ਨ ਮਹਿਕਮਾ ਵੀ ਪੁਲਿਸ ਤੋਂ ਕਿਤੇ ਘੱਟ ਸਮਾਰਟ ਨਹੀਂ ਬਾਰਿਸ਼ ਦਾ ਮੌਸਮ ਹੈ ਅਤੇ ਸਾਡੇ ਸਮਾਰਟ ਕਾਰਪੋਰੇਸ਼ਨ ਅਧਿਕਾਰੀਆਂ ਵੱਲੋਂ ਸੜਕ NH1 ਹਾਈਵੇ ਦੇ ਨਾਲ ਪੈਂਦੇ ਨਾਲਿਆਂ ਉੱਤੋਂ ਢੱਕਣ ਹੀ ਚੱਕ ਦਿੱਤੇ ਗਏ ਤਾਂ ਕਿ ਪਾਣੀ ਸੜਕਾਂ ਤੇ ਨਾ ਰੁਕ ਸਕੇ ਪਰ ਸਮਾਰਟ ਅਧਿਕਾਰੀਆਂ ਨੂੰ ਆਹ ਨਹੀਂ ਪਤਾ ਚੱਲਿਆ ਕਿ ਇਹ ਨਾਲੇ 5-6 ਫੁੱਟ ਡੂੰਘੇ ਹਨ ਅਤੇ 2-3 ਫੁੱਟ ਚੌੜੇ ਕਾਰਪੋਰੇਸ਼ਨ ਅਧਿਕਾਰੀਆਂ ਦੀ ਇਸ ਗਲਤੀ ਦਾ ਖਮਿਆਜ਼ਾ ਅੱਜ ਇੱਕ ਪਟਿਆਲਾ ਤੋਂ ਆਉਂਦੇ ਪਰਿਵਾਰ ਨੂੰ ਭੁਗਤਣਾ ਪਿਆ ਜਿਸ ਵਿੱਚ ਉਹਨਾਂ ਦੀ ਜਾਨ ਜਾਂਦੇ ਜਾਂਦੇ ਬਚੀ ਪੂਰਾ ਮਾਮਲਾ ਲੁਧਿਆਣਾ NH1 ਹਾਈਵੇ ਦਾ ਹੈ ਜਿੱਥੋਂ ਇੱਕ ਪਰਿਵਾਰ ਪਟਿਆਲਾ ਤੋਂ ਲੁਧਿਆਣੇ ਵੱਲ ਆ ਰਿਹਾ ਸੀ ਅਤੇ ਰਸਤੇ ਤੋਂ ਆਉਂਦੇ ਹੋਏ ਸਮਰਾਲਾ ਚੌਂਕ ਤੋਂ ਬਸਤੀਵਾਲ ਨੂੰ ਆਉਣ ਵੇਲੇ ਜਦੋਂ ਫਲਾਈਓਵਰ ਨੂੰ ਚੜ੍ਹਨ ਲੱਗੇ ਤਾਂ ਉਹਨਾਂ ਦੀ ਗੱਡੀ ਸਿੱਧੀ ਨਾਲੇ ਵਿੱਚ ਜਾ ਫਸੀ ਜਿਸ ਤੋਂ ਬਾਅਦ ਉਹਨਾਂ ਨੇ ਗੱਡੀ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਅਤੇ ਨਿਕਲਣ ਦੀ ਕੋਸ਼ਿਸ਼ ਕਰਦਿਆਂ ਕਰਦਿਆਂ ਪਰਿਵਾਰ ਦੀ ਇੱਕ ਔਰਤ ਵੀ ਨਾਲੇ ਵਿੱਚ ਜਾ ਡਿੱਗੀ ਜਿਸ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਇਸ ਗਲਤੀ ਨਾਲ ਇਸ ਪਰਿਵਾਰ ਦੀ ਜਾਨ ਜਾਂਦੇ ਜਾਂਦੇ ਬਚੀ ਇੱਕ ਵਾਰ ਤੁਸੀਂ ਵੇਖੋ ਇਹ ਪੂਰੀ ਵੀਡੀਓ ਮੈਂ ਪਟਿਆਲੇ ਆ ਰਿਹਾ ਸੀ ਜੀ ਇੱਥੇ ਲੋਕਲ ਲੁਧਿਆਣੇ ਆਉਣਾ ਸੀ ਜੀ ਬਸ ਗੱਡੀ ਮੋੜਨ ਲੱਗੇ ਕਿ ਪਾਣੀ ਸਾਨੂੰ ਪਤਾ ਨਹੀਂ ਟੋਇਆ ਹੈਗਾ ਅਤੇ ਉਹ ਗੱਡੀ ਵਿੱਚ ਗਿਰ ਗਈ ਘੱਟੋ 5-4 ਫੁੱਟ ਹੋ ਗਿਆ ਟੋਇਆ ਗੱਡੀ ਵਿੱਚ ਫਸ ਗਈ ਹੈਗੀ ਹੈ ਅਤੇ ਅਸੀਂ ਚਲੋ ਗੱਡੀ ਦਾ ਕੋਈ ਕੱਢ ਲਾਂਗੇ ਜੇ ਹੋਰ ਬੱਚਾ ਬੁੱਚਾ ਜਾਂ ਬਜ਼ੁਰਗ ਗਿਰ ਜਾਂਦਾ ਤਾਂ ਪਤਾ ਨਹੀਂ ਲੱਗਦਾ ਕਿੱਧਰ ਗਿਆ ਬੱਚਾ ਜੀ ਘਟਨਾ ਵਾਪਰ ਸਕਦੀ ਸੀ ਕੋਈ ਬੱਚਾ ਬੁੱਚਾ ਆ ਜਾਵੇ ਵਿੱਚ ਠੀਕ ਕਰਨਾ ਚਾਹੀਦਾ ਮੈਂ ਤਾਂ ਘਬ ਰਿਹਾ ਮੈਂ ਯਾਰ ਬੜਾ ਸਾਡੀ ਜਦੋਂ ਗੱਡੀ ਫਸੀ ਹੈਗੀ ਥੋੜ੍ਹਾ ਬਹੁਤ ਨੁਕਸਾਨ ਹੋਇਆ ਕੱਲ੍ਹ ਨੂੰ ਕੋਈ ਬੱਚਾ ਜਾਂ ਕੋਈ ਬਜ਼ੁਰਗ ਆ ਗਿਆ ਵਿੱਚ ਲੰਘ ਜਾਵੇ ਪਤਾ ਨਹੀਂ ਲੱਗਦਾ ਪਾਣੀ ਹੈ ਏਡਾ ਡੂੰਘਾ ਟੋਇਆ ਹੈਗਾ ਅਤੇ ਦੇਖੋ ਕਿੰਨਾ ਨੁਕਸਾਨ ਹੋ ਜਾਣਾ ਸੀ ਇਹ ਤਾਂ ਗਲਤ ਹੈ ਪ੍ਰਸ਼ਾਸਨ ਦੀ ਬਹੁਤ ਵੱਡੀ ਗਲਤੀ ਹੈਗੀ ਨਾ ਦੇਖੋ ਇਹ ਜਾਨੀ ਮਾਨੀ ਬਹੁਤ ਤਕੜਾ ਨੁਕਸਾਨ ਹੋ ਸਕਦਾ ਉਹਨਾਂ ਨੂੰ ਗੌਰਮੈਂਟ ਨੂੰ ਕਰਨਾ ਚਾਹੀਦਾ ਕਿ ਸਾਰੇ ਕਵੇ ਗ੍ਰਾਂਟ ਸਾਰੇ ਕੀ ਨਾਮ ਹੈ ਤੁਹਾਡਾ ਤਾਂ ਕੀ ਦੇਖਿਆ ਤੁਸੀਂ ਮੇਰਾ ਨਾਮ ਪਰਮਿੰਦਰ ਸਿੰਘ ਹੈ ਅਤੇ ਮੈਂ ਇੱਥੇ ਲੰਘ ਰਿਹਾ ਸੀ ਅਤੇ ਮੈਂ ਮੌਕੇ 'ਤੇ ਦੇਖਿਆ ਕਿ ਇਹ ਗੱਡੀ ਮੋੜਦੇ ਪਏ ਸੀਗੇ ਸਿੱਧਾ ਗੱਡੀ ਵਿੱਚ ਇਹਨਾਂ ਦੀ ਫਸ ਗਈ ਕਿਉਂਕਿ ਇਹ ਪਟਿਆਲੇ ਤੋਂ ਆਏ ਸੀ ਇਹਨਾਂ ਨੂੰ ਪਤਾ ਨਹੀਂ ਸੀ ਕਿ ਇੱਥੇ ਨਾਲਾ ਵਾ ਸਰ ਜਿਹੜੇ ਨਾਲੇ ਹੁੰਦੇ ਆ ਅਕਸਰ ਢੱਕੇ ਹੁੰਦੇ ਆ ਪਰ ਇੱਥੇ ਤਾਰ ਭੱਜਣ ਦੇ ਕੋਈ ਨਾਲਾ ਢੱਕਿਆ ਹੀ ਹੈਗਾ ਇਹ ਡੂੰਘਾ ਵੀ 5-6 ਫੁੱਟ ਡੂੰਘਾ ਹੈਗਾ ਘੱਟੋ ਘੱਟ ਇਹ ਤਾਂ ਗਲਤੀ ਹੈ ਇਹਨਾਂ ਦੀ ਇਹ ਤਾਂ ਜੇ ਕੋਈ ਹੁਣ ਮੰਨ ਲਓ ਕੋਈ ਬੱਚਾ ਬੁੱਚਾ ਨਿਕਲਦਾ ਬਜ਼ੁਰਗ ਨਿਕਲ ਜੇ ਉਹਨਾਂ ਦੀ ਜਿਹੜੀ ਆ ਗੱਡੀ ਇਹਨਾਂ ਦੀ ਫਸੀ ਉਹਨਾਂ ਦੀ ਵਾਈਫ ਉਹਨੂੰ ਪਤਾ ਨਹੀਂ ਸੀ ਨਾਲਾ ਉਹ ਵਿੱਚ ਡਿੱਗੀ ਸੀਗੀ ਉਹਨੂੰ ਦਵਾ ਤਾਂ ਵਹੀ ਕੱਢਿਆ ਬਾਹਰ ਚੱਕਿਆ ਉਹਨੂੰ ਉਹਨਾਂ ਨੂੰ ਹੁਣ ਪੈਟਰੋਲ ਪੰਪ 'ਤੇ ਭੇਜਿਆ ਸਾਹਮਣੇ ਪ੍ਰਾਈਮ ਮੁੱਦੇ ਲਈ ਲੁਧਿਆਣਾ ਤੋਂ ਮਨੋਜ ਕੁਮਾਰ ਹੀਰਾ ਦੀ ਰਿਪੋਰਟ।